ਇਸ ਵੀਡੀਓ ਅੰਦਰ ਅਸੀਂ 7 ਮਾਰਚ ਨੂੰ ਹੋਣ ਵਾਲਾ 7 ਮਾਰਚ ਨੂੰ ਹੋਣ ਵਾਲਾ ਪੰਜਾਬੀ ਦਾ ਪੱਕਾ ਪੇਪਰ ਕਰਾਂਗੇ ਕਲਾਸ 11ਵੀਂ ਦਾ 80 ਵਿੱਚੋਂ 80 ਨੰਬਰ ਆਣਗੇ 80 ਵਿੱਚੋਂ 80 ਨੰਬਰ ਆਣਗੇ ਅਗਰ ਤੁਸੀਂ ਇਹ ਵੀਡੀਓ ਨੂੰ ਸਾਰਾ ਦੇਖੋਗੇ ਤੇ ਫਰੈਂਡਸ ਨਾਲ ਵੀ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੋ ਅਕਾਲ ਸਟੱਡੀ ਅਕਾਲ ਸਟੱਡੀ ਸਬਸਕ੍ਰਾਈਬ ਕਰ ਦੋ ਜਿਆਦਾ ਟਾਈਮ ਨਾ ਲੈਂਦੇ ਹੋਏ ਸਟਾਰਟ ਕਰਦੇ ਹਾਂ ਜਲਦੀ ਤੋਂ ਜਲਦੀ ਪੰਜਾਬੀ ਦਾ ਪੱਕਾ ਪੇਪਰ ਫੁੱਲੀ ਸੋਲਵੈਂਟ ਪੇਪਰ ਹੈ ਫੁੱਲੀ ਸੋਲਵਰਡ ਪਹਿਲਾ ਕੁਐਸਚਨ ਹਰਿਆਣੀ ਮਾਲਣ ਕੋੜੀ ਵਿੱਚ ਭਾਗਾ ਭਰਿਆ ਕਿਸ ਨੂੰ ਕਿਹਾ ਗਿਆ ਹੈ ਵਿਹੰਦੜ ਮੁੰਡੇ ਨੂੰ ਸੈਕੰਡ ਨੀਲ ਕਮਲ ਕਹਾਣੀ ਦੇ ਦੋ ਪਾਤਰ ਦੱਸੋ ਸੁਦਾਗਰ ਅਤੇ ਉਸ ਦੀ ਪਤਨੀ ਕਿਹੜੇ ਲੋਕ ਗੀਤ ਨੂੰ ਇੱਕ ਹੈਰੀ ਤੁੱਕ ਵਾਲਾ ਲੋਕ ਗੀਤ ਕਹਿੰਦੇ ਹਨ ਟੱਪਾ ਫੋਰਥ ਚੜ ਚਵਾਰੇ ਸੁੱਤਿਆ ਸਹਾਗ ਵਿੱਚ ਧੀ ਕਿਸ ਗੱਲ ਲਈ ਤਰਲਾ ਕਰ ਰਹੀ ਹੈ ਰਾਈਟ ਆਨਸਰ ਹੈ ਵਿਆਹ ਲਈ ਪੰਜਵਾਂ ਅਕਾਊਂਟ ਸ਼ਬਦ ਦਾ ਪੰਜਾਬੀ ਰੂਪ ਕੀ ਹੈ ਅਕਾਊਂਟ ਨੂੰ ਪੰਜਾਬੀ ਦੇ ਅੰਦਰ ਖਾਤਾ ਕਹਿੰਦੇ ਹਨ ਨੈਕਸਟ ਸਾਰੇ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਨੇ ਪੇਪਰ ਦੇ ਅੰਦਰ ਆਉਣ ਵਾਲੇ ਨੇ ਵੈਰੀ ਇੰਪੋਰਟੈਂਟ ਸੈਂਪਲ ਪੇਪਰ ਹੈ। ਬਾਕੀ ਸੈਂਪਲ ਪੇਪਰ ਵੀ ਆਪਾਂ ਨੇ ਚੈਨਲ ਤੇ ਅਪਲੋਡ ਕੀਤੇ ਹੋਏ ਨੇ। ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਲਾਲਸਾ ਦੀ ਚੱਕੀ ਕਥਾ ਵਿੱਚ ਬੁੱਢੇ ਨੇ ਬੰਦੇ ਨੂੰ ਡੈਸ਼ ਦੇ ਕੰਮ ਲਾ ਦਿੱਤਾ ਚੱਕੀ ਚਲਾਣ ਦੇ। ਸੈਕਿੰਡ ਕਿਤੇ ਲਿਪਣੇ ਦਾ ਪੈਨ ਬਨੇਰੇ ਪੱਕਾ ਘਰ ਟੋਲੀ ਬਾਬਲਾ ਇਹਨਾਂ ਦੇ ਆਨਸਰ ਵੀ ਦਿੱਤੇ ਹੋਏ ਨੇ। ਗੈਲੈਕਸੀ ਦਾ ਪੂਰਾ ਨਾਮ ਕੀ ਹੈ ਆਕਾਸ਼ ਗੰਗਾ ਡੈਸ਼ ਕਰੋ ਨਾਮ ਜੱਪੋ ਵੰਡ ਛਕੋ ਕੀਰਤ ਕਰੋ ਅਸਮਾਨ ਨੂੰ ਟਾਕਿਆਂ ਲਾਉਣੀਆਂ ਮਹਾਵਰਾ ਪੂਰਾ ਕਰਨਾ ਕਾਲ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੈਕਸਟ ਸਹੀ ਗਲਤ ਪਹਿਲੇ ਦਾ ਦੇਖੋ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਂਦੇ ਗੀਤ ਸਹਾ ਕਹਿੰਦੇ ਹਨ ਗਲਤ ਹੈ ਡੈਮੋਕ੍ਰੇਸੀ ਸ਼ਬਦ ਦਾ ਅਰਥ ਰਾਜਨੀਤੀ ਸ਼ਾਸਤਰ ਨਾਲ ਹੈ ਠੀਕ ਹੈ ਲਾਲਸਾ ਦੀ ਚੱਕੀ ਕਥਾ ਵਿੱਚ ਬੰਦੇ 10 ਵਾ ਹਸਮੁਖ ਸੀ ਗਲਤ ਹੈ ਊਂਠ ਦੇ ਮੂੰਹ ਵਿੱਚ ਪਾਣੀ ਗਲਤ ਹੈ ਲੰਮੀਆਂ ਬੋਲੀਆਂ ਸਮੂਹਿਕ ਰੂਪ ਵਿੱਚ ਗਾਈਆਂ ਜਾਂਦੀਆਂ ਹਨ ਠੀਕ ਹੈ ਜੇਕਰ ਤੁਹਾਨੂੰ ਇਸ ਦੀ ਪੀਡੀਐਫ ਚਾਹੀਦੀ ਹੈ ਪੱਕੇ ਪੇਪਰ 7 ਮਾਰਚ ਵਾਲੇ ਦੀ ਪੀਡੀਐਫ ਚਾਹੀਦੀ ਹੈ ਅਕਾਲ ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਤਾਂ ਹੀ ਤੁਹਾਨੂੰ ਪੀਡੀਐਫ ਦਿੱਤੀ ਜਾਵੇਗੀ ਅਕਾਲ ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਦੀ ਪੀਡੀਐਫ WhatsApp ਗਰੁੱਪ ਵਿੱਚ ਸੈਂਡ ਕੀਤੀ ਹੋਈ ਹੈ WhatsApp ਗਰੁੱਪ ਵਿੱਚ ਜੁੜਨ ਲਈ 9878424499 ਨੰਬਰ ਤੇ ਤੁਸੀਂ WhatsApp ਮੈਸੇਜ ਕਰਕੇ ਗਰੁੱਪ ਦੇ ਅੰਦਰ ਜੁਆਇਨ ਹੋ ਸਕਦੇ ਹੋ WhatsApp ਗਰੁੱਪ ਅਕਾਲ ਸਟੱਡੀ ਦਾ ਜਾਂ ਫਿਰ ਤੁਸੀਂ ਅਕਾਲ ਸਟੱਡੀ Telegram ਗਰੁੱਪ ਤੇ ਵੀ ਜੁੜ ਸਕਦੇ ਹੋ ਅਕਾਲ ਸਟੱਡੀ Telegram ਗਰੁੱਪ ਨਾਲ ਵੀ ਜੁੜ ਕੇ ਇਹਦੀ PDF ਪ੍ਰਾਪਤ ਕਰ ਸਕਦੇ ਹੋ ਅੱਗੇ ਪੇਪਰ ਦੇਖੋ ਜੀ 60 ਦੇ ਚੋਲਖਵਾਨੇ ਮਹਾਵਰੇ ਦਾ ਅਰਥ ਝਾੜ-ਝੰਬ ਕਰਨੀ ਸਬਜ ਪਰੀ ਕਿਹੜੀ ਲੋਕ ਕਥਾ ਹੈ ਪਰੀ ਕਥਾ ਤਾਰਾਂ-ਤਾਰਾਂ ਤਾਰਾਂ ਬੋਲੀ ਵਿੱਚ ਮਟਿਆਰ ਨੂੰ ਗਾਲਾਂ ਕਿਸ ਨੇ ਕੱਢੀਆਂ ਜੇਠ ਨੇ ਆਟੋਮੈਟਿਕ ਸ਼ਬਦ ਦਾ ਸਹੀ ਅਰਥ ਸਵੈ ਚਾਲਿਤ ਸ਼ਬਦਾਂ ਦੇ ਅਰਥ ਜਾਣਨ ਲਈ ਡਿਕਸ਼ਨਰੀ ਦੀ ਵਰਤੋਂ ਕੀਤੀ ਜਾਂਦੀ ਹੈ ਸ਼ੇਅਰ ਕਰ ਦਿਓ ਫਰੈਂਡਸ ਨਾਲ ਪੰਜਾਬੀ ਦਾ ਪੇਪਰ ਹੈ 80 ਵਿੱਚੋਂ 80 ਨੰਬਰ ਜੇਕਰ ਤੁਸੀਂ ਲੈਣੇ ਨੇ ਫੇਰ ਕੁਐਸਚਨ ਆਨਸਰ ਆ ਗਏ ਨੇ ਸਾਰੇ ਕੁਐਸਚਨ ਆਨਸਰ ਵੈਰੀ ਵੈਰੀ ਇੰਪੋਰਟੈਂਟ ਨੇ ਦੋ ਕੁਐਸਚਨਾਂ ਦੇ ਆਨਸਰ ਦੇਣੇ ਨੇ ਫੁੱਲੀ ਸੋਲਵਟ ਨੇ ਸਾਰੇ ਪਹਿਲਾ ਕੁਐਸਚਨ ਦੇਖੋ ਤੁਹਾਡੀ ਪਾਠ ਪੁਸਤਕ ਵਿੱਚ ਕਿਹੜੇ ਕਿਹੜੇ ਮਾਈਏ ਵਿੱਚ ਪਰਦੇਸੀ ਸ਼ਬਦ ਆਇਆ ਹੈ ਆਪਣੇ ਆਪ ਨੂੰ ਪਰਦੇਸੀ ਦੱਸ ਕੇ ਵਕਤਾ ਦੀ ਭਾਵ ਪ੍ਰਗਟ ਕਰਨਾ ਚਾਹੁੰਦਾ ਹੈ ਪਹਿਲੇ ਦਾ ਰਾਈਟ ਆਨਸਰ ਹੋਵੇਗਾ ਇੰਨਾ ਵਿੱਚ ਵਕਤਾ ਆਪਣੇ ਆਪ ਨੂੰ ਪ੍ਰਦੇਸੀ ਦੱਸ ਕੇ ਭਾਅ ਪ੍ਰਗਟ ਕਰਨਾ ਚਾਹੁੰਦਾ ਹੈ ਉਹ ਆਪਣੀ ਸੱਜਣੀ ਕੋਲ ਲੰਮਾ ਸਮਾਂ ਨਹੀਂ ਰਹਿ ਸਕਦਾ ਕਿਉਂਕਿ ਉਸ ਨੂੰ ਫੌਜ ਦੀ ਨੌਕਰੀ ਜਾਂ ਰੁਜ਼ਗਾਰ ਕਾਰਨ ਪ੍ਰਦੇਸ਼ ਵਿੱਚ ਜਾਣਾ ਪੈਂਦਾ ਹੈ ਪੀਡੀਐਫ ਦਿੱਤੀ ਜਾਵੇਗੀ ਤੁਹਾਨੂੰ ਇਹਦੀ ਸੈਕੰਡ ਦੇਖ ਲਓ ਹਰਿਆਣੇ ਮਾਲਣਕੋੜੀ ਵਿੱਚ ਮੁੰਡੇ ਦੇ ਜੰਮਨ ਤੇ ਕਿੰਨੂ ਕਿੰਨੂ ਕਿਹੜੇ ਕਿਹੜੇ ਤੋਹਫੇ ਦਿੱਤੇ ਜਾਂਦੇ ਹਨ ਮੁੰਡੇ ਦੇ ਜੰਮਨ ਉੱਤੇ 5-5 ਰੁਪਏ ਉਸ ਨੂੰ ਪਾਲਣ ਤੇ ਖੜਾਉਣ ਵਾਲੀ ਦਾਇਆਂ ਤੇ ਮਾਈਆਂ ਨੂੰ ਦਿੱਤੇ ਗਏ। ਭੈਣਾਂ ਨੂੰ ਰੇਸ਼ਮ ਦੇ ਤਿਓੜ ਦਿੱਤੇ ਗਏ। 3 ਸਾਡਾ ਚਿੜੀਆਂ ਦਾ ਚੰਬਾ ਸਹਾਗ ਵਿੱਚ ਬਾਬਲ ਤੇ ਤੀ ਵੱਲੋਂ वार्तालाप ਦੱਸੋ। ਤੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਸਦੇ ਘਰ ਵਿੱਚ ਉਹਨਾਂ ਦਾ ਡੇਰਾ ਚਿੜੀਆਂ ਦੇ ਝੁਰਮਟਵਾੰਗ ਹੈ ਜੋ ਕਿ ਅਖੀਰ ਉੱਡ ਜਾਵੇਗਾ ਪਤਾ ਨਹੀਂ ਕਿਹੜੇ ਦੇਸ਼ ਚਲਾ ਜਾਵੇਗਾ ਵਿਆਹ ਪਿੱਛੋਂ ਡੋਲੀ ਪਈ ਧੀ ਪੇਕੇ ਘਰ ਦੇ ਮੋਹ ਕਾਰਨ ਨਹੀਂ ਜਾਣਾ ਚਾਹਦੀ ਆਪਣੇ ਬਾਬਲ ਅੱਗੇ ਤਰਲਾ ਕਰਦੀ ਹੈ ਉਹਨਾਂ ਦੇ ਮੈਲਾ ਦੀ ਤੰਗ ਗਲੀ ਵਿੱਚੋਂ ਉਸ ਦਾ ਡੋਲਾ ਨਹੀਂ ਲੰਘਦਾ ਇਸ ਕਰਕੇ ਉਹ ਉਸ ਨੂੰ ਘਰ ਹੀ ਰੱਖ ਲਵੇ ਇੱਕ ਕੁਐਸ਼ਨ ਹੋਰ ਰਹਿ ਗਿਆ ਸਾਡਾ ਸਾਰੇ ਕੁਸ਼ਨ ਇੰਪੋਰਟੈਂਟ ਨੇ ਸਿੱਠਣੀਆਂ ਵਿੱਚ ਖਾਣ ਪੀਣ ਸੰਬੰਧੀ ਕੀ ਮਖੌਲ ਕੀਤਾ ਜਾਂਦਾ ਹੈ ਸਿੱਠਣੀ ਦੱਸੋ ਕੋਈ ਸਿੱਠਣੀਆਂ ਵਿੱਚ ਲਾੜੇ ਤੇ ਜਾਂਜਿਆਂ ਦੇ ਘਰੋਂ ਭੁੱਖੇ ਹੋਣ ਤੇ ਜੰਜ ਵਿੱਚ ਖਾਣ ਪੀਣ ਦਾ ਮਾਹੌਲ ਵਿਅੰਗ ਕੀਤਾ ਜਾਂਦਾ ਹੈ ਜਿਵੇਂ ਕਿ ਦੱਸਿਆ ਗਿਆ ਹੈ ਥੋੜਾ ਥੋੜਾ ਖਾਓ ਜੀ ਗਲੀਆਂ ਚ ਥੋੜਾ ਥੋੜਾ ਖਾਓ ਜੀ ਗਲੀਆਂ ਨਾ ਤਰਕਾਇਓ ਜੀ ਇਹ ਉਦਾਹਰਨ ਦਿੱਤੀ ਗਈ ਹੈ ਇਹਦੀ ਉਦਾਹਰਨ ਨੈਕਸਟ ਦੇਖੋ ਅਕਾਲ ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਅਪਡੇਟ ਤੁਹਾਨੂੰ ਮਿਲਦੀ ਰਵੇ ਅਕਾਲ ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਤੇ ਦਮਯੰਤੀ ਪੂਰਨ ਭਗਤ ਇਹਨਾਂ ਵਿੱਚੋਂ ਇੱਕ ਛਾਰ ਕਰ ਲਿਓ ਇੰਪੋਰਟੈਂਟ ਨੇ ਬਾਕੀ ਸੈਂਪਲ ਪੇਪਰ ਚੈਨਲ ਤੇ ਅਪਲੋਡ ਕੀਤੇ ਗਏ ਨੇ ਉਹ ਵੀ ਦੇਖ ਲਓ ਤੁਸੀਂ ਉਹ ਪੇਪਰ ਵੀ ਤੁਹਾਡੇ ਆਉਣ ਵਾਲੇ ਨੇ 7 ਮਾਰਚ ਦੇ ਈਮਾਨਦਾਰੀ ਦੀ ਨੌਖੀ ਮਿਸਾਲ ਬਾਰੇ ਅਖਬਾਰ ਸਪਾਦਕ ਨੂੰ ਪੱਤਰ ਇਹ ਵੀ ਕਰਾਂਗੇ ਆਪਾਂ ਲਾਇਬ੍ਰੇਰੀਆਂ ਦੀ ਘਾਟ ਪਿੰਡਾਂ ਵਿੱਚ ਬੇਦਖਲੀ ਦਾ ਨੋਟਿਸ ਧੀ ਦਾ ਜਨਮ ਸਾਰਾ ਪੇਪਰ ਸੋਲਵ ਕਰਾਂਗੇ ਬਸ 2 ਮਿੰਟ ਦੀ ਵੀਡੀਓ ਰਹਿ ਗਈ ਹੈ ਜੁੜੇ ਰਹੋ ਮੁਹਾਵਰੇ ਵੀ ਕਰਾਂਗੇ ਸਾਰੇ ਫੁੱਡੀ ਸੌਡ ਵਰਡ ਸਾਰਾ ਪੇਪਰ ਕਰਾਂਗੇ ਸੋਲੂਸ਼ਨ ਦੇਖੋ ਇਹਦਾ ਸਾਰ ਤੁਸੀਂ ਕਰ ਲਿਓ ਨਾਲ ਦਮਯੰਤੀ ਵਾਲਾ ਇੰਪੋਰਟੈਂਟ ਹੈ ਨਾਲ ਦਮਨਤੀ ਵਾਲਾ ਇੰਪੋਰਟੈਂਟ ਹੈ ਤੇ ਪੂਰਨ ਭਗਤ ਵਾਲਾ ਇੰਪੋਰਟੈਂਟ ਹੈ ਦੋਵੇਂ ਸਾਰੇ ਯਾਦ ਕਰ ਲਿਓ ਨਾਲ ਦਮਨਤੀ ਵਾਲਾ ਤੇ ਪੂਰਨ ਭਗਤ ਵਾਲਾ ਦੋਵੇਂ ਇੰਪੋਰਟੈਂਟ ਨੇ ਦੋਵੇਂ ਕਰ ਲਿਓ ਨੈਕਸਟ ਦੇਖੋ ਬਸ ਐਪਲੀਕੇਸ਼ਨ ਇਮਾਨਦਾਰੀ ਦੀ ਨੌਕੀ ਮਿਸਾਲ ਬਹੁਤ ਇੰਪੋਰਟੈਂਟ ਐਪਲੀਕੇਸ਼ਨ ਹੈ ਇਮਾਨਦਾਰੀ ਦੀ ਨੌਕੀ ਮਿਸਾਲ ਕਰ ਲਿਓ ਨੈਕਸਟ ਪਿੰਡਾਂ ਅਤੇ ਕਸਵਿਆਂ ਵਿੱਚ ਲਾਇਬ੍ਰੇਰੀਆਂ ਦੀ ਘਾਟ ਇਹ ਵੀ ਇੰਪੋਰਟੈਂਟ ਹੈ ਇਹ ਵੀ ਕਰ ਲਿਓ ਪਿੰਡਾਂ ਅਤੇ ਕਸਵਿਆਂ ਵਿੱਚ ਲਾਇਬ੍ਰੇਰੀ ਦੀ ਘਾਟ ਨੈਕਸਟ ਬੇਦਖਲੀ ਦਾ ਨੋਟਿਸ ਵੈਰੀ ਵੈਰੀ ਇੰਪੋਰਟੈਂਟ ਹੈ ਬੇਦਖਲੀ ਦਾ ਨੋਟਿਸ 100% ਕਰ ਲਿਓ ਪੇਪਰ ਦੇ ਅੰਦਰ ਆਣ ਵਾਲਾ ਬੇਦਖਲੀ ਦਾ ਨੋਟਿਸ ਨੈਕਸਟ ਖੂਨਦਾਨ ਕੈਂਪ ਇਹ ਵੀ ਇੰਪੋਰਟੈਂਟ ਹੈ ਇਹ ਵੀ ਪੇਪਰ ਦੇ ਅੰਦਰ ਆਣ ਵਾਲਾ ਤੁਹਾਡਾ ਖੂਨਦਾਨ ਕੈਂਪ ਤਾਂ ਖੂਨਦਾਨ ਕੈਂਪ ਦਾ ਪੇਪਰ ਦੇੰਦਰ ਆਉਣ ਵਾਲਾ ਇਹ ਵੀ ਕਰ ਲਿਓ ਖੂਨਦਾਨ ਕੈਂਪ ਵੈਰੀ ਇੰਪੋਰਟੈਂਟ ਹੈ ਨੈਕਸਟ ਧੀ ਦਾ ਜਨਮ ਦਿਨ ਵੈਰੀ ਇੰਪੋਰਟੈਂਟ ਹੈ ਧੀ ਦਾ ਜਨਮ ਦਿਨ ਕਰ ਲਿਓ ਮੀਡੀਆ ਵੈਰੀ ਇੰਪੋਰਟੈਂਟ ਹੈ ਪੈਰਾਗ੍ਰਾਫ ਮੀਡੀਆ ਦਾ ਕਰ ਲਿਓ ਚੰਗੀ ਬੋਲ ਚਾਲ ਦੀ 100% ਆਵੇਗਾ ਕਰ ਲਿਓ ਜੀ 100% ਆਵੇਗਾ ਚੰਗੀ ਬੋਲ ਚਾਲ ਕਰ ਲਿਓ ਨੈਕਸਟ ਭੀੜ 100% ਆਵੇਗਾ ਭੀੜ 100% ਆਵੇਗਾ ਕਰ ਲਿਓ ਉਸ ਤੋਂ ਬਾਅਦ ਮੁਹਾਵਰੇ ਦੇਖ ਲਓ ਥੋੜੇ ਜਿਕੇ ਰਹਿ ਗਏ ਨੇ ਆਪਣੇ ਤਰਕਸ਼ ਵਿੱਚ ਤੀਰ ਹੋਣਾ ਆਪਣੇ ਕੋਲ ਸਮਰਥਾ ਹੋਣੀ ਹਿੰਮਤ ਹੋਣੀ ਸਿਰ ਮੜਨਾ ਗਲ ਪਾਣਾ ਇਲਜ਼ਾਮ ਲਾਉਣਾ ਅਕਾਲ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਵੀ ਕਿਸੇ ਤਰ੍ਹਾਂ ਡਾਊਟ ਹੈ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਨੈਕਸਟ ਕੁਜੇ ਵਿੱਚ ਸਮੁੰਦਰ ਹੋਣਾ ਵੱਡੀ ਸਾਰੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਮਕਾ ਦੇਣਾ ਖੰਭ ਲਾ ਕੇ ਉੱਡ ਜਾਣਾ ਗੁੰਮ ਹੋ ਜਾਣਾ ਭੱਜ ਜਾਣਾ ਗੱਜ ਪਰ ਆਉਣਾ ਦਿਲ ਪਰ ਆਉਣਾ ਗਲਾ ਪਰ ਆਉਣਾ ਵੀਡੀਓ ਨੂੰ ਦੇਖਣ ਲਈ ਧੰਨਵਾਦ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਜੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸ਼ੇਅਰ ਕਰ ਦਿਓ ਧੰਨਵਾਦ